ਅੰਮ੍ਰਿਤਸਰ ਦੇ ਲੜਕੀਆਂ ਦੇ ਸਰਕਾਰੀ ਕਾਲਜ ਦੀ ਵਿਦਿਆਰਥਣ ਨੂੰ ਲੈਕਚਰ ਘੱਟ ਹੋਣ ਕਾਰਨ ਕਾਲਜ ਚੋਂ ਕੱਢੇ ਜਾਣ ਤੇ ਰੋਸ ਵਜੋਂ ਵਿਦਿਆਰਥਣ ਦੀ ਮਾਂ ਵੱਲੋਂ ਕਾਲਜ ਕੰਪਲੈਕਸ ਵਿੱਚ ਮਿੱਟੀ ਦਾ ਤੇਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਾਲਜ ਮੈਨੇਜਮੈਂਟ ਅਤੇ ਸਟਾਫ ਦੀ ਮਦਦ ਨਾਲ ਔਰਤ ਨੂੰ ਕਾਬੂ ਕਰ ਲਿਆ ਗਿਆ। ਉਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ। ਦੂਜੇ ਪਾਸੇ ਕਾਲਜ ਦੀ ਪ੍ਰਿੰਸੀਪਲ ਨੇ ਔਰਤ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਔਰਤ ਦੀ ਆਰਥਿਕ ਮੰਦਹਾਲੀ ਨੂੰ ਦੇਖਦੇ ਹੋਏ ਉਸ ਦੀ ਬੇਟੀ ਨੂੰ ਪਹਿਲੇ ਸਮੈਸਟਰ 'ਚ 4 ਵਿਸ਼ਿਆਂ ਦੇ ਪੇਪਰ ਦੇਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ, ਪਰ ਜਨਵਰੀ 'ਚ ਸ਼ੁਰੂ ਹੋਏ ਦੂਜੇ ਸਮੈਸਟਰ 'ਚ ਵੀ ਵਿਦਿਆਰਥਣ ਨੇ ਇੱਕ ਵੀ ਲੈਕਚਰ ਅਟੈਂਡ ਨਹੀਂ ਕੀਤਾ, ਜਿਸ ਕਾਰਨ ਕਾਲਜ ਮੈਨੇਜਮੈਂਟ ਨੇ ਵਿਦਿਆਰਥਣ ਨੂੰ ਕਾਲਜ 'ਚੋਂ ਕੱਢ ਦਿੱਤਾ। ਮਤਲਬ ਮੇਰੀ ਬੇਟੀ ਨੂੰ ਮੇਰੇ ਵਰਗਾ ਹੀ ਬਣਾਉਣਾ ਚਾਹੁੰਦੇ ਸੀ, ਕਹਿੰਦੇ ਵੀ ਇਹਨੂੰ BA ਫਸਟ ਈਅਰ ਦੇ ਸੈਕਿੰਡ ਸਮੈਸਟਰ ਇਹਨੂੰ ਸਕੂਲ 'ਚੋਂ ਡਿਟੇਨ ਕੀਤਾ ਗਿਆ, ਇਹਨੂੰ ਅਸੀਂ BA ਦੀ ਡਿਗਰੀ ਨਹੀਂ, ਫਾਈਨਲ ਦੀ ਡਿਗਰੀ ਨਹੀਂ ਲੈਣ ਦੇਣੀ, ਇਹਨੂੰ ਇੱਥੋਂ ਹੀ ਜਿਸ ਸਟੈਪ ਤੋਂ ਤੁਰੀ ਆ ਭਾਵੇਂ ਪਾਸ ਵੀ ਹੋ ਗਈ ਆ ਫਸਟ ਸਮੈਸਟਰ ਦੇ ਵਿੱਚ, ਇਹਨੂੰ ਇਸੇ ਇੱਥੋਂ ਹੀ ਖਤਮ ਕਰ ਦੇਣਾ। ਵਜ੍ਹਾ ਇਹਦੀ ਮਾਂ ਇਹੋ ਜਿਹੀ ਆ, ਮਾਂ ਦੀ ਫਿਜ਼ੀਕਲ ਪੁਜੀਸ਼ਨ ਤੋਂ ਬਹੁਤ ਭੈੜੀ ਲੱਗਦੀ ਆ, ਇਹੋ ਜਿਹੇ ਬੱਚਿਆਂ ਦੇ ਪੇਰੈਂਟਸ ਨਹੀਂ ਹੋਣੇ ਚਾਹੀਦੇ। ਹਜੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜੀ, ਅਜੇ ਤਾਂ ਮੌਕੇ 'ਤੇ ਆਏ ਆ, ਪ੍ਰਿੰਸੀਪਲ ਦਾ ਟੈਲੀਫੋਨ ਗਿਆ ਵਾ ਮੁਨਸ਼ੀ ਨੂੰ, ਉਹਦੇ ਭੇਜ 'ਤੇ ਮੌਕੇ 'ਤੇ ਪੁੱਜੇ ਹਾਂ, ਉਹ ਮੌਕੇ 'ਤੇ ਪੁੱਜ ਕੇ ਹੁਣ ਡਿਟੇਲ ਲੈਣ ਲੱਗੇ ਹਾਂ, ਡਿਟੇਲ ਲੈਣ ਦੇ ਮੁਤਾਬਕ ਜੋ ਕਾਰਵਾਈ ਬਣਦੀ ਹੋਏਗੀ ਉਹ ਕੀਤੀ ਜਾਏਗੀ। ਬਿਕਾਜ਼ ਸ਼ੀ ਇਜ਼ ਅ ਪੂਅਰ ਵੁਮਨ, ਬਿਕਾਜ਼ ਸ਼ੀ ਸੈਡ ਕਿ ਨਹੀਂ ਮੇਰੀ ਬੱਚੀ ਬਿਮਾਰ ਥੀ, ਕਰ ਲੇਗੀ ਮਿਹਨਤ, ਹਮਨੇ ਉਸਕੋ 4 ਪੇਪਰਸ ਮੇਂ ਰੋਲ ਨੰਬਰ ਦੇ ਕੇ ਅਪੀਅਰ ਕਰਾ ਦਿਆ, ਔਰ ਜੋ 5th ਵਾਲਾ ਫਿਜ਼ੀਕਲ ਐਜੂਕੇਸ਼ਨ ਕਾ ਜਿਸਮੇ ਉਸਕਾ ਇੱਕ ਸਿੰਗਲ ਲੈਕਚਰ ਨਹੀਂ ਥਾ, ਕੋਈ ਪ੍ਰੈਕਟੀਕਲ ਟੈਨ ਨਹੀਂ, ਉਸਮੇ ਡਿਟੇਨ ਕਰ ਲਿਆ, ਔਰ ਉਸਕੋ ਯੇ ਬੋਲਾ ਕਿ ਨੈਕਸਟ ਸਮੈਸਟਰ ਮੇਂ ਤੂੰ ਰੈਗੂਲਰ ਹੋ ਜਾਣਾ, ਔਰ ਜੋ ਇੱਕ ਸਬਜੈਕਟ ਮੈਂ ਰੋਲ ਨੰਬਰ ਤੁਝੇ ਨਹੀਂ ਮਿਲਾ ਵੋ ਇਸ ਸਮੈਸਟਰ ਮੇਂ ਕਰ ਲੈਣਾ, ਠੀਕ ਹੈ ਜੀ। ਨਾਓ ਦਿਸ ਸਮੈਸਟਰ ਸਟਾਰਟਡ ਇਨ ਜਨਵਰੀ, ਨਾਓ ਇਟ ਇਜ਼ ਮੇ, ਫਰੋਮ ਜਨਵਰੀ ਟੂ ਅਪ੍ਰੈਲ 30th ਵੋ ਬੱਚਾ 0% ਅਟੈਂਡੈਂਸ ਇਨ ਐਵਰੀ ਸਬਜੈਕਟ। ਨੈਚੁਰਲੀ ਜੀ, ਅਗਰ ਉਸਕੀ ਮਦਰ ਕੋ ਹਮ ਕੱਲ੍ਹ ਕੋ ਕੁਛ ਨੁਕਸਾਨ ਹੋ ਜਾਏ ਤੋ ਹਮ ਉਸਕੀ ਸੇਫਟੀ ਕੇ ਲੀਏ, ਬਿਕੋਜ਼ ਸ਼ੀ ਸੀਮਸ ਟੂ ਬੀ ਅ ਲਿਟਲ ਮੈਂਟਲੀ ਅਪਸੈਟ, ਤੋ ਫੋਰ ਹਰ ਸੇਫਟੀ ਐਂਡ ਅਦਰਸ ਹਮ ਉਨਕੋ ਪੁਲਿਸ ਕੋ ਬਤਾਏਂਗੇ ਕਿ ਇਨਕੀ ਯੇ ਪ੍ਰੋਬਲਮ ਹੈ, ਦੇ ਸ਼ੁਡ ਲੁੱਕ ਇਨਟੂ ਦਾ ਮੈਟਰ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ, ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ, ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।